ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਤਾਜ਼ਾ ਵੱਡੀ ਖਬਰ ਦੇ ਵਿੱਚ ਕਿਸਾਨ ਅੰਦੋਲਨ ਆਉਣ ਵਾਲੇ 15 ਦਿਨਾਂ ਵਿੱਚ ਸਭ ਪਾਸੇ ਮੱਚੇਗੀ ਹਾਹਾਕਾਰ ਇਸ ਕਾਰਨ ਕੀ ਹੈ ਪੂਰੀ ਖਬਰ ਜਾਣਨ ਦੇ ਲਈ ਤੁਸੀਂ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸੂਬੇ ਵਿੱਚ ਪਹਿਲਾਂ ਕੋਰੋਨਾ ਮਹਾਮਾਰੀ ਦੀ ਮਾਰ ਤੇ ਫਿਰ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੀ ਮਾਰ ਹਰ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਅਸਰ ਪਾ ਚੁੱਕੀ ਹੈ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਤਹਿਤ ਰੇਲ ਆਵਾਜਾਈ ਨੂੰ ਠੱਪ ਕੀਤਾ ਗਿਆ ਤੇ ਉੱਥੇ ਹੀ ਇਸ ਸਭ ਦਾ ਅਸਰ ਹਰ ਇਨਸਾਨ ਦੀ ਜ਼ਿੰਦਗੀ ਤੇ ਪੈ ਰਿਹਾ ਕਿਉਂਕਿ ਰੇਲ ਆਵਾਜਾਈ ਬੰਦ ਹੋਣ ਕਾਰਨ ਮਾਲ ਗੱਡੀਆਂ ਮਾਲ ਲੈ ਕੇ ਪੰਜਾਬ ਵਿੱਚ ਨਹੀਂ ਆ ਰਹੀਆਂ ਜਦ ਕੇ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮਾਲ ਗੱਡੀਆਂ ਨੂੰ ਲੰਘਣ ਦਿੱਤਾ ਜਾਵੇ ਕਰੋਨਾ ਮਹਾਮਾਰੀ ਤੋਂ ਬਾਅਦ ਬੜੀ ਮੁਸ਼ਕਲ ਨਾਲ ਜ਼ਿੰਦਗੀ ਆਪਣੀ ਲਈ ਤੇ ਆਉਣ ਲੱਗੀ ਸੀ ਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਲੈ ਕੇ ਪੰਜਾਬ ਦੇ ਹਾਲਾਤ ਫਿਰ ਤੋਂ ਗੰਭੀਰ ਬਣ ਚੁੱਕੇ ਹਨ ਅੱਜ ਪੰਜਾਬ ਦੀ ਸਥਿਤੀ ਫਿਰ ਮੁਸ਼ਕਲ ਦੌਰ ਵਿੱਚ ਹੈ ਤੇ ਲੋਕਡਾਊਨ ਹਟਾਉਣ ਮਗਰੋਂ ਰੇਲ ਆਵਾਜਾਈ ਫਿਰ ਤੋਂ ਸ਼ੁਰੂ ਕੀਤੀ ਗਈ ਸੀ ਪਰ ਕਿਸਾਨ ਵੱਲੋਂ ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲ ਆਵਾਜਾਈ ਨੂੰ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤਾ ਗਿਆ ਹੈ ਕਿ ਦੇਸ਼ ਦਾ ਅਸਰ ਹਰ ਵਰਗ ਤੇ ਪੈਣਾ ਸ਼ੁਰੂ ਹੋ ਚੁੱਕਾ ਹੈ ਤੇ ਜਿੱਥੇ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਇਹ ਸੰਘਰਸ਼ ਜਾਰੀ ਰੱਖ ਰਿਹਾ ਹਨ ਉੱਥੇ ਹੀ ਪੰਜਾਬ ਦੇ ਵਿੱਚ ਮਾਲ ਘੱਡੀਆਂ ਨਾ ਆਉਣ ਦੇ ਕਾਰਨ ਪਿਆਜ਼, ਸੀਮੈਂਟ, ਯੂਰੀਆ, ਬਾਹਰਦਾਨਾ ਪੈਟਰੋਲ ਅਤੇ ਡੀਜ਼ਲ ਜੋ ਕਿ ਬਾਹਰਲੇ ਸੂਬਿਆਂ ਤੋਂ ਆਉਂਦੇ ਸੀ ਤੇ ਉਹਨਾਂ ਦਾ ਆਉਣਾ ਬੰਦ ਹੋ ਚੁੱਕਿਆ ਤੇ ਸਟਾਕ ਵਿੱਚ 15 ਦਿਨ ਦਾ ਸਮਾਨ ਬਾਕੀ ਰਹਿਣ ਕਾਰਨ ਤੇ ਘਟ ਹੋਣ ਕਾਰਨ ਇਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਠਾਪ ਰੇਲ ਆਵਾਜਾਈ ਕਾਰਨ ਹੀ ਅਨਾਜ, ਚਾਵਲ ਅਤੇ ਆਲੂ ਦੀ ਸਪਲਾਈ ਦੂਜੇ ਸੂਬੇ ਤੋਂ ਬਾਹਰ ਨਹੀਂ ਜਾ ਰਹੀ ਅਤੇ ਜਿਸ ਕਾਰਨ ਕਿਸਾਨਾ ਬਲੋਂ ਜਾਰੀ ਇਸ ਰੋਜ਼ ਪਰਦਰਸ਼ਨ ਕਰਕੇ ਪੁ roipur ਡਿਵੀਜ਼ਨ ਤੋਂ ਚੱਲ ਚੱਲਣ ਵਾਲੀਆਂ 325 ਰੇਲ ਗੱਡੀਆਂ ਤੇ 650 ਮਾਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਤੇ ਰੇਲਵੇ ਦੀ ਜਾਣਕਾਰੀ ਮੁਤਾਬਕ ਸਤੰਬਰ ਤੇ 23 ਦਿਨਾਂ ਵਿੱਚ 1.76 ਮਿਲੀਅਨ ਟਨ ਭਾੜਾ ਲੋਡ ਕਰਕੇ 327 ਕਰੋੜ ਰੁਪਏ ਦੀ ਕਮਾਈ ਕੀਤੀ। ਪਰ ਹੁਣ ਫੇਰ 24 ਸਤੰਬਰ ਤੋਂ ਰੇਲ ਰੋਕੋ ਅੰਦੋਲਨ ਦੇ ਨਾਲ ਜਿਹੜਾ ਕਿ ਬੰਦ ਕੀਤੀਆਂ ਗੰਗਾਂ ਗੱਡੀਆਂ ਬੰਦ ਹੋਣ ਦੇ ਕਾਰਨ ਰੇਲਵੇ ਯਾਤਰੀਆਂ ਦੇ 14 ਦਿਨਾਂ ਦੇ ਰਿਫੰਡ 55 ਲੱਖ ਰੁਪਏ ਦੇਣੇ ਪਏ ਤੇ ਜੰਮੂ ਕਸ਼ਮੀਰ ਲਈ 10 ਤੋਂ 20 ਤੇ ਯੂਪੀ ਬਿਹਾਰ ਲਈ 30 ਤੋਂ 40 ਲੱਖ ਰੁਪਏ ਉਥੇ ਹੀ ਕਿਸਾਨ ਜਥੇਬੰਦਿਆਂ ਵੱਲੋਂ ਰੇਲ ਰੋਕੋ ਅੰਦੋਲਨ 15 ਅਕਤੂਬਰ ਤੱਕ ਵਧਾ ਦਿੱਤਾ ਗਿਆ ਤੇ ਪੰਜਾਬ ਵਿੱਚ ਕਰਤਾਰਪੁਰ ਬਿਆਸਪੁਰ ਫਗਟਾ ਮਾਲਾ ਕਪੂਰਥਲਾ ਸੁਲਤਾਨਪੁਰ ਸ਼ਾਹਕੋਟ ਮਾਲਸੀਆਂ ਫਗਵਾੜਾ ਮੋਗਾ ਨਮਾਸ਼ਹਿਰ ਟਾਂਡਾ ਤੇ ਲੋਡਿੰਗ ਪੁਆਇੰਟ ਬੰਦ ਕੀਤੇ ਹਨ ਤੇ ਜੇ ਸਭ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ 15 ਦਿਨਾਂ ਦੇ ਵਿੱਚ ਹਰ ਚੀਜ਼ ਦੀ ਕੀਮਤ ਦੁੱਗਣੀ ਹੋ ਸਕਦੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਜੋ ਜੀ ਆਪਣਾ ਯੋਗਦਾਨ ਪਾਓ ਤਾਂ ਕਿ ਕਿਸਾਨ ਜੱਥੇਬੰਦੀਆਂ ਤੇ ਕਿਸਾਨਾਂ ਦੇ ਹੱਕ ਵਿੱਚ ਇਹ ਵੀਡੀਓ ਜ਼ਰੂਰ ਹਰੇਕ ਤੱਕ ਪਹੁੰਚੇ ਤਾਂ ਕਿ ਸਰਕਾਰਾਂ ਤੱਕ ਇਹ ਵੀਡੀਓ ਦੇਖ ਕੇ ਹੱਲ ਸਕਣ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ